बीते दिन फिरोजपुर थाना लखू के बहराम अधीन आते पिंड किली विखे पति पत्नी के आपसी झगड़े ने घर तबाह कर दिता। जानकारी देंदे हुए मृतक लड़के की माता सविंदर कौर ने कहा कि मेरे लड़के सौरभ और उसकी पत्नी विच हुई आपसी लड़ाई तो बाद उसकी पत्नी ने अपने पेके पिंड फोन करके अपने परिवार को बुला के साडे सारे परिवार की बुरी तरह नाल कुटमार की वीडियो बना के स्टेटस लगाए गए, जिसनू देखते हुए उसके पुत्र ने कुछ जहरीली चीज़ खा ली जिस नाल उसकी मौत हो गई। परिवार वालों की गई कुटमार संबंधी थाना लखो के बहराम की पुलिस को दरखास्त दिती सी, जिस ते पुलिस वालों भी कोई कार्रवाई नहीं की गई। उन्हें मांग की है कि लड़के दे सौरा परिवार से सख्त तो सख्त कार्रवाई की जाए। दूजे पासे जदों थाने अगे लगे धरने नू लैके थाना मुखी बचन सिंह नाल गलबात की गई, उन्हें कहा कि सौरव नाम के व्यक्ति वालों कोई जहरीली चीज़ खा के खुदकुशी कर ली है, जिस दे संबंध में मृतक की माता सुखविंदर कौर के बयान के आधार से सौरव के सौरा परिवार के तीन जीआं उपर मामला दर्ज किया गया है। जल्द ही दोषियों को काबू कर लिया जाएगा। मामला जी मेरा भांजा है जो मृतक है, इस नाल 25 तरीक नूं कुटमार की गई। इस दे साले आए सी ते उन्होंने इन्हें बहुत कुटिया, ते मेरी भैन ते मेरी भांजी नूं वी इन्हें बहुत कुटिया। उस तो बाद 25 तरीक दी रात नूं थाने विच मामला दर्ज किया गया ते मुंडा दाखल होता अपने होम डोट उत्ते जो परचा दाखिल होया ते पुलिस वाले उल्टा उत्ते बयान लैण दी बजाय इत्थे कहिंदे वी तूं थाने विच आ सानूं बयान दे के जा वी की मामला है। ते मैनू यह दसो भी कभी मरीज भी आके थाने दसेगा कि मेरे नाल की होया, जबकि इन्हों का जान का हक बनता सी। किन्ने किन्ने कुटमार की थी इन्हां इस दे साले सी जिन्हें कुटमार की थी। प्रशासन तो की मांग करदे? प्रशासन तो ये इंसाफ चाहुंदे आ वी साडे परिवार नूं इंसाफ दिता जावे, मेरी भैन नूं इंसाफ दिता जावे। मृतक मुंडे दा नाम की सी? ਨਹੀਂ ਜਿਹੜਾ ਮੁੰਡਾ ਮਰਿਆ ਦਾ ਨਾਮ ਕੀ ਸੀ? ਜਿਸ ਨਾਲ ਇਹਨਾਂ ਦਾ ਮਾਮਲਾ ਹੋਇਆ ਹੈ, ਮਰਦਿਆਂ ਦੇ ਵਿੱਚ ਹੋਇਆ ਹੈ, ਝਗੜਾ ਹੋਇਆ ਹੈ, ਕੁੱਟਮਾਰ ਕੀਤੀ ਕਿ ਇਹਨੂੰ ਮੇਰੇ ਭਤੀਜੇ ਨੂੰ, ਦੋਵੇਂ ਸਾਲੇ ਆਏ ਨੇ ਸੱਸ ਆਈ ਨਾਲ ਗਲ ਪੈ ਗਏ ਨੇ, ਆ ਕੇ ਲੱਤਾਂ ਲੁੱਤਾਂ ਮਾਰੀਆਂ ਨੇ ਉਹਨਾਂ ਨਾਲਾਂ 'ਚ। ਜੇ ਮਾਤਾ ਡਿੱਗੀ ਇਹਦੀ ਕਾਕੇ ਦੀ ਉੱਤੇ, ਸਾਥੋਂ ਛੋਟੀ ਭੈਣ ਅਤੇ ਉਹਦੇ ਗਲ ਪੈ ਗਏ ਨੇ, ਉਹਨੂੰ ਕੁੱਟਿਆ ਮਾਰਿਆ ਨੇ। ਗੁੜੀਆ ਡਿੱਗੀ ਹੈ ਕੁਆਰੀ ਕੁੜੀ ਸਾਡੀ, ਅਤੇ ਉਹਦੇ ਹੱਥੋਂ ਬੱਖੀ ਪੈ ਗਏ ਨੇ, ਉਹਨੂੰ ਵੀ ਕੁੱਟਿਆ ਮਾਰਿਆ ਨੇ, ਗਲ ਪੈ ਗਏ ਨੇ। ਪਿਸਤੌਲ ਦੀਆਂ ਧਮਕੀਆਂ ਦਿੰਦੇ ਰਹੇ ਨੇ, ਕੋਲੇ ਪਿਸਤੌਲ ਵੀ ਸੀ, ਕਹਿੰਦੇ ਸੀ ਅਸੀਂ ਮਾਰਤੇ ਹੀ ਜਾਣਾ ਹੈ। ਸਾਡੀ ਬਾਅਦ ਦੇ ਵਿੱਚ ਮਾਤਾ ਉੱਤੇ ਡਿੱਗੀ ਹੈ ਅਤੇ ਉਹਨੂੰ ਵੀ ਕੁੱਟ ਕੇ ਅਤੇ ਉੱਤੇ ਮੰਜਾ ਸੁੱਟਤਾ ਨੇ, ਆਪ ਭਾਣੇ ਮਾਰਨ ਦੀ ਕੋਸ਼ਿਸ਼ ਕਰਦੇ, ਕੁੱਟ ਮਾਰ ਕਰਦੇ ਅਤੇ ਗਏ ਚਲੇ ਨੇ। ਕਿੰਨੇ ਕਿੰਨੇ ਵੱਲੋਂ ਕੁੱਟਮਾਰ ਕੀਤੀ ਗਈ? ਇੱਕ ਮੁੰਡੇ ਦੇ ਨਾਂ ਦਰਬਾਗ ਹੈ, ਇੱਕ ਮੁੰਡੇ ਦੇ ਨਾਲ ਅਰਛੇ, ਇੱਕ ਉਹਦੀ ਸੱਸ ਹੈ, ਇਹਨਾਂ ਤਿੰਨਾਂ ਨੇ ਕੁੱਟਮਾਰ ਕੀਤੀ। ਕੁੱਟਮਾਰ ਕਰਨ ਵਾਲੇ ਕਿਹੜੇ ਪਿੰਡ ਦੇ ਸੀ? ਜੰਗਾਂ ਦੇ ਵਹੁਟੀ ਦੇ, ਵਹੁਟੀ ਨਾਲ ਹੈ, ਜੰਗਾਂ ਦੇ ਨੇ। ਹਾਂਜੀ, ਮੇਰਾ ਨਾਮ ਮੋਨਾ ਹੈ, ਮੈਂ ਉਹਦੇ ਭਰਾ ਸੌਰਭ ਦੀ ਭੈਣ ਛੋਟੀ ਹਾਂ। ਜਿੱਦਣ ਸਾਡੇ ਗਲ ਪੈ ਨੇ, ਉਹ ਦੋਵੇਂ ਜੀ ਲੜੇ ਸੀ ਅਤੇ ਉਹਦੀ ਵਹੁਟੀ ਨੇ ਛੇਤੀ ਜ਼ਿਆਦਾ ਭਰਾ ਨੂੰ ਫੋਨ ਕਰਤਾ ਹੈ, ਉੱਥੇ ਲੈ ਸਿਮਰਲਿਆ 'ਚ ਰਹਿੰਦੇ ਹਾਂ, ਉੱਥੇ ਹਨੇਰਾ ਹੈਗਾ ਹੈ, ਅਤੇ
ਬਾਅਦ ਚੋਂਦੇ ਦੋਵੇਂ ਭਰਾ ਤੇ ਮਾਂ ਕਾਲੇ ਸਾਫੇ ਬੰਨ ਕੇ ਆਏ ਸੀ ਉਹ ਵਾਲ ਵੱਡੇ ਹੋਣ ਆਣ ਤੇ ਕਾਲੇ ਕੋਲੇ ਸਾਡੇ ਕੋਲ ਤੇ ਸਾਫ ਬੰਨੇ ਸਾਫੇ ਬੰਨੇ ਸੀ ਤੇ ਬਾਅਦ ਚ ਸਾਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਕੀ ਗੱਲਬਾਤ ਹੋਈ ਹੈ ਤੇ ਸਾਨੂੰ ਕੁੱਟਣ ਮਾਰਨ ਲੱਗ ਪਏ ਮੇਰੇ ਭਰਾ ਨੂੰ ਤੇ ਅਸੀਂ ਚੜਾਉਣੀਆਂ ਸੀ ਨਾਲ ਮੈਨੂੰ ਵੀ ਕੁੱਟਦੇ ਸੀ ਮੇਰੀ ਮਾਂ ਨੂੰ ਧੱਕੇ ਮਾਰਦੇ ਸੀ ਨਾਲੇ ਚਪੇੜੇ ਮਾਰਦੇ ਸੀ ਕੁੱਝੀਆਂ ਸੱਟਾਂ ਮਾਰੀਆਂ ਵੋਟੀ ਨੇ ਵੀ ਤੇ ਮੇਰੀ ਦਾਦੀ ਦੀ ਲੱਤ ਟੁੱਟੀ ਸੀ ਤੇ ਇਹਦੇ ਤੇ ਮੰਜਾ ਸੱਟ ਤਾ ਉਹਨਾਂ ਕੋਲ ਪਿਸਤੌਲ ਤੇ ਕਿਰਚਾ ਵੀ ਸੀ ਸਾਨੂੰ ਵਿਖਾਉਂਦੇ ਕਹਿੰਦੇ ਤੁਹਾਨੂੰ ਛੱਲੀ ਕਰਕੇ ਜਾਣਾ ਸਾਰੇ ਜਿਨ੍ਹਾਂ ਨੂੰ ਮੇਰੇ ਭਰਾ ਨੇ ਨਲਾ ਮਾਰਦੇ ਸੀ ਲੱਤਾਂ ਸਟੇਟਸ ਪਾਏ ਨੇ ਕਿ ਜੀਜੇ ਨੂੰ ਸੌਰਭ ਨੂੰ ਅਸੀਂ ਘਰੇ ਘੁੱਟ ਕੇ ਗਏ ਹਾਂ ਤੇ ਸਾਡਾ ਕੋਈ ਕੁਛ ਨਹੀਂ ਕਰ ਸਕਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੇ ਕਹਿੰਦੇ ਇਹਦੀ ਭੈਣ ਨੂੰ ਚੱਕਣਾ ਹੈ ਘਰੋਂ ਨਾਲੇ ਚੱਕ ਕੇ ਇਹਦੀ ਭੈਣ ਨੂੰ ਵਸਾਉਣਾ ਹੈ ਨਿੱਕੀ ਨੂੰ ਉੱਥੇ ਵਸਾਉਣਾ ਇੱਥੇ ਵੀ ਵਸਣ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਗੁਰਬ ਮੁੰਡੇ ਦੀ ਡੈਥ ਹੋਈ ਸੀ ਕੱਲ੍ਹ ਦੀ ਕੋਈ ਪੁਲਿਸ ਕਾਰਵਾਈ ਨਹੀਂ ਸੀ ਕਰਦੀ ਅੱਜ ਲਿਆ ਕੇ ਲਾਸ਼ ਇੱਥੇ ਰੱਖ ਛੱਡੀ ਹੁਣ DSP ਨੇ ਸਵਾਦ ਦਵਾਇਆ ਸਾਨੂੰ ਵੀ ਜਿਹੜੇ ਬੰਦੇ ਅਰੈਸਟ ਕਰ ਲੈਣ ਦਿਹਾੜੀ ਡੰਗ ਤੱਕਰ ਦੋ ਬੰਦੇ ਅਰੈਸਟ ਕੀਤੇ ਨੇ ਬਾਕੀ ਬੰਦੇ ਵੀ ਅਰੈਸਟ ਕਰ ਲੈਣ ਜਿਹਨਾਂ ਜਿਹਨਾਂ ਦੀ ਕਾਰਵਾਈ ਪਰਚਾ ਹੋਇਆ ਉਹਨਾਂ ਨੇ ਸਵਾਦ ਦਵਾ ਕੇ ਸਾਨੂੰ ਅਸੀਂ ਲਾਸ਼ ਲੈ ਚੱਲਿਆ ਸਰਕਾਰ ਕਰਨ ਲੱਗੇ ਹਾਂ ਬਹੁਤ ਬਹੁਤ ਧੰਨਵਾਦ DSP ਦਾ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਜੀ ਤੁਸੀਂ ਹੁਣ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਹੈ ਸੰਤੁਸ਼ਟ ਹੋ ਤੁਸੀਂ ਹੁਣ ਤੁਸੀਂ ਜੇ ਤਾਂ ਬਾਜਵਾ ਸਾਹਿਬ ਤੇ ਪੂਰਾ ਭਰੋਸਾ ਜੀ ਅਸੀਂ ਬੜੇ ਪੁਰਾਣੇ ਜਾਣਦੇ ਹਾਂ ਜੇ ਪੁਲਿਸ ਨੇ ਨਾ ਕਾਰਵਾਈ ਕੀਤੀ ਇਸ ਤਰ੍ਹਾਂ ਸਾਰਾ ਨਗਰ ਸਾਰਾ ਵਿਹੜਾ ਇਕੱਠਾ ਹੋ ਕੇ ਇਹ ਰੋਡ ਜਾਮ ਕਰਾਂਗੇ ਚਾਰ ਦਿਨ ਅਸੀਂ ਡੀਕਣਾ ਸਾਰੇ ਬੰਦੇ ਨਾ ਫੜੇ ਚਾਰੇ ਦੋਸ਼ੀ ਤੇ ਇਸ ਤਰ੍ਹਾਂ ਸੜਕ ਜਾਮ ਆਣ ਕੇ ਕਰ ਦੇਣੀ ਅਸੀਂ ਕਿਸੇ ਨੂੰ ਰੋਡ ਜਾਮ ਕਰਨਾ ਚੌਥੇ ਦਿਨ ਨੂੰ ਅਸੀਂ ਖੁਦਕੁਸ਼ੀ ਕਰਦੇ ਰਾਹੁਲ ਦੀ ਮੌਤ ਦੇ ਵਿੱਚ ਜਿਹੜੇ ਕਿਹੜੇ ਕਿਹੜੇ ਦੋਸ਼ੀ ਉਹਦੇ ਵਿੱਚ ਪਰਵਿੰਦਰ ਕੌਰ ਹੈ ਇੱਕ ਦਰਬਾਰ ਸਿੰਘ ਹੈ ਪਿੱਪਲ ਸਿੰਘ ਤੇ ਕਰਨੀ ਇਹ ਕਿਹੜੇ ਪਿੰਡ ਦੇ ਵਸਨੀਕ ਇਹ ਸਾਰੇ ਜੰਗ ਪਿੰਡ ਹੈ ਜੀ ਪਰਿਵਾਰਕ ਮੈਂਬਰ ਦੋਸ਼ ਹੈ ਵੀ ਇਹਦੀ ਕੁੱਟਮਾਰ ਕੀਤੀ ਸੀ ਉਹਨਾਂ ਨੇ ਸਹੁਰੇ ਪਰਿਵਾਰ ਨੇ ਕਿ ਹਾਂ ਕੁੱਟਮਾਰ ਤੋਂ ਦੁਖੀ ਹੋ ਗਏ ਉਹਨੇ ਜਿਹੜਾ ਹੈ ਸਾਡਾ ਕਦਮ ਚੁੱਕਿਆ ਕਿ ਹੁਣ ਸੰਤੁਸ਼ਟ ਹੈ ਜੀ ਪਰਿਵਾਰ ਪੂਰਾ ਜਿਹੜਾ ਧਰਨਾ ਲਾਈ ਬੈਠੇ ਇਹ ਤੁਹਾਨੂੰ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਅਸੀਂ ਉਹਨਾਂ ਨੂੰ ਵਿਸ਼ਵਾਸ ਦੇ ਦਿੱਤਾ ਤੁਸੀਂ ਕਰਦੇ ਹਾਂ ਗੱਲਬਾਤ ਜੀ ਅੱਛਾ ਕੋਈ ਦੋਸ਼ੀ ਕਿਰਪਾ ਦਾ ਕੀਤਾ ਜੀ ਕਿਹੜੀ ਕਿਹੜੀ ਤਾਰਾ ਤਾਰ ਪਰਚਾ ਦੱਸ ਜੀ 306 452 303 503